ਕਨਸੈਪਸ਼ਨ ਦਾ ਕੰਮ ਵੀ ਕਰਦੇ ਹੋ, ਪਲਾਟ ਵੀ ਲੈ ਦਿੰਦੇ ਹੋ, ਡੀਲਿੰਗ ਵੀ ਕਰਵਾ ਦਿੰਦੇ ਹੋ, ਹੈ ਨਾ, ਸਾਰਾ ਕੰਮ ਕਰਦੇ ਹੋ। ਉੱਥੇ ਵਿਜ਼ਿਟ ਕਰਕੇ ਦੇਖਦੇ ਹਾਂ ਕਿ ਕਿੱਦਾਂ ਦਾ ਕੰਮ ਕਰਦੇ ਨੇ। ਆ ਜਾਓ ਜੀ, ਦੇਖਦੇ ਹਾਂ ਸਾਡਾ ਕੰਮ ਭਾਈ ਉਹਨਾਂ ਦਾ ਪਹੁੰਚ ਗਿਆ ਐਪਲੀਕੇਸ਼ਨ 'ਤੇ। 19 ਨੰਬਰ 'ਚ ਇੱਥੇ ਭਾਈ ਕਹਿ ਰਹੇ ਕੰਮ ਸਾਡਾ ਆਲਮੋਸਟ ਕੰਪਲੀਟ ਦੇ ਨੇੜੇ ਆ, ਨਾਲੇ ਸਾਨੂੰ ਦੇਖਣ ਨੂੰ ਮਿਲ ਜੂ ਕਿੱਦਾਂ ਦਾ ਕੰਮ ਕੀਤਾ, ਕੀ ਕੁਛ ਹੈ। ਸਭ ਕੁਛ ਦੇਖਦੇ ਹਾਂ ਕਿ ਸਾਰੀ ਫੈਸਿਲਿਟੀ ਵੀ ਨੇੜੇ ਹੋਣੀ ਚਾਹੀਦੀ ਹੈ, ਰੋਡ ਵੀ ਨੇੜੇ ਹੈ, ਮਾਰਕੀਟ ਵੀ ਨੇੜੇ ਹੈ, ਸਭ ਕੁਛ ਹੈ। नमस्ते जी सारिया, स्वागत है तुहाड़ा चैनल अनलॉक बाजार से। मैं तुहाड़ा अपना गगन रामगढ़िया, तो मेरे नाल कैमरे से मेरा भरा अभी। अज असी आए हैं जी सनी इनकलेव खरड़, तो जिथे समर बिल्डर्स ने रियल स्टेट के बहुत वधिया नाम बनाया, उन्होंने अपना अज उन्हां दा शूट करना है जी, तो उन्होंने गलबात करते हैं, तो देख रहे हैं। मतलब ज्यादा फ्लैट बनाने ਕਿੰਨੇ ਮਤਲਬ ਪਲਾਟ ਕੀ ਚੱਲ ਰਿਹਾ ਆਪਣੇ ਪਲਾਟਾਂ ਦਾ, ਮਤਲਬ ਕਿੰਨੇ ਪਲਾਟ ਹੁੰਦੇ ਜੀ? ਤੇ ਪਲਾਟ ਹੁੰਦੀ ਤੇ ਪਲਾਟ 70-75 ਗਜ਼ ਤੋਂ ਲੈ ਕੇ 500 ਗਜ਼ ਤੱਕ। 70-75 ਗਜ਼ ਤੱਕ, ਠੀਕ ਹੈ ਜੀ। ਛੋਟਾ ਹੁੰਦੇ ਵਿੱਚ ਸਾਰੇ ਕਵਰ ਹੋ ਗਏ, 200-250, ਠੀਕ ਹੈ ਜੀ। ਮਤਲਬ ਹਰ ਇੱਕ ਤਰ੍ਹਾਂ ਦਾ ਪਲਾਟ, ਜਿੱਦਾਂ ਵੀ ਮਤਲਬ ਐਂ ਕਿ ਸਾਡੇ ਜਿਹੜੇ ਦੇਖ ਰਹੇ ਆ ਸਾਨੂੰ, ਹੈ ਨਾ ਜੀ, ਅਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਕੋਲ ਪਲਾਟ ਮਤਲਬ ਕਿੰਨੇ ਗਜ਼ ਤੋਂ ਕਿੰਨੇ ਗਜ਼ ਤੱਕ ਹੈਗੇ ਆ, ਜਿੰਨੇ ਵੀ ਕਿਸੇ ਦੀ ਨੀਡ ਹੋਊਗੀ ਉਹ ਤੁਹਾਡੇ ਕੋਲ ਆਉਣਗੇ ਨਾ। ਸਾਡੀ ਵੀਡੀਓ ਦੇਖਣ ਤੋਂ ਬਾਅਦ ਆਉਣਗੇ, ਤੁਹਾਡੇ ਕੋਲ ਰੈਗੂਲਰ ਵੀ ਆਉਂਦੇ ਆ, ਤਾਂ ਸਾਡਾ ਮੇਨ ਸਾਡਾ ਮਕਸਦ ਇਹ ਹੁੰਦਾ ਕਿ ਜੋ ਸਾਡੇ ਵਿਊਵਰ ਸਬਸਕ੍ਰਾਈਬਰ ਹੈ ਜੋ ਤੁਹਾਨੂੰ ਦੇਖਦੇ ਪਏ ਆ, ਤੁਹਾਨੂੰ ਫੇਸਬੁੱਕ 'ਤੇ ਵੀ ਦੇਖਣਾ ਇਹਨਾਂ ਨੇ, ਇੰਸਟਾਗ੍ਰਾਮ 'ਤੇ ਵੀ ਦੇਖਣਾ, ਆਪਣੇ ਯੂਟਿਊਬ 'ਤੇ ਵੀ ਦੇਖਣਾ, ਹੈ ਨਾ ਜੀ, ਤੁਹਾਡੇ ਚੈਨਲ 'ਤੇ ਵੀ ਦੇਖਣਗੇ, ਤਾਂ ਉਹਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਕੋਲ ਕੀ ਕੁਛ ਆ, ਮਤਲਬ ਕੀ ਕੁਛ ਤੁਹਾਡੇ ਕੋਲੋਂ ਆਪਦਾ ਉਹ ਲੈ ਕੇ ਆਉਣ ਆਪਣੇ ਮਨ ਦੇ ਵਿੱਚ ਕਿ ਸਾਨੂੰ ਇਹ ਚੀਜ਼ ਮਿਲ ਸਕਦੀ ਉਹਨਾਂ ਕੋਲ, ਹੈ ਨਾ ਜੀ। ਜਿਵੇਂ ਕਮਰਸ਼ੀਅਲ ਹੈ, ਕਮਰਸ਼ੀਅਲ ਮਿਲ ਜਾਂਦਾ, ਕਮਰਸ਼ੀਅਲ ਮਿਲ ਜਾਂਦਾ ਜੀ, ਠੀਕ ਹੈ। ਸ਼ੋਰੂਮ ਹੋਏ ਬਹੁਤ, ਠੀਕ ਹੈ ਜੀ, ਮਤਲਬ ਹਰੇਕ ਚੀਜ਼ਾਂ ਪ੍ਰੋਵਾਈਡ ਕਰਵਾ ਦਿੰਦੇ ਹੋ ਤੁਸੀਂ, ਠੀਕ ਹੈ ਜੀ। ਹੁਣ ਆਪਣਾ ਕੰਮ ਇਸ ਟਾਈਮ ਕਿੱਥੇ ਕਿੱਥੇ ਚੱਲ ਰਿਹਾ ਜੀ? ਇਸ ਟਾਈਮ ਅਸੀਂ 200 ਗਜ਼ ਕੋਠੀ ਬਣਾਈ ਹੈ, ਠੀਕ ਹੈ। 19 ਨੰਬਰ ਕਿਹੜੀ ਜਗ੍ਹਾ ਜੀ? ਇੱਥੇ 123 123 ਦੇ ਵਿੱਚ, ਠੀਕ ਹੈ ਜੀ। ਇੱਕ ਚਿਰਾਗ ਵੀ ਬਣਵਾਈ ਮੈਂ। ਅੱਛਾ ਜੀ, ਚਿਰਾਗ ਦੇ ਵਿੱਚ, ਠੀਕ ਹੈ ਜੀ। 150 ਗਜ਼ ਦੀ ਹੈ। ਅੱਛਾ ਜੀ, ਉਹ ਪਲਾਟ ਸੀਗੇ ਕਿ ਤੁਸੀਂ ਸਾਰਾ ਆਪਣੇ ਕੋ ਪਲਾਟ ਲੈ ਕੇ ਗਿਆ? ਪਲੋਟ ਤੁਸੀਂ ਆਪ ਲਿਆ, ਕੰਸਟਰਕਸ਼ਨ ਤੁਸੀਂ ਆਪ ਕਰੇ? ਅੱਛਾ, ਇੱਦਾਂ ਵੀ ਹੁੰਦਾ ਜੀ ਜਿੱਦਾਂ ਤੁਹਾਡੇ ਕੋਲ ਤਿਆਰ ਪਏ ਹੁੰਦੇ, ਜਿੱਦਾਂ ਆਪਾਂ ਕਹਿ ਦਿੰਦੇ ਕਿ ਹਾਂਜੀ ਸਾਡੇ ਕੋਲ ਇੰਨੇ ਗਜ਼ ਦੀ ਚੀਜ਼ ਤਿਆਰ ਪਈ ਆ, ਤੁਸੀਂ ਲੈ ਸਕਦੇ ਹੋ, ਇੱਦਾਂ ਵੀ ਤੁਸੀਂ ਆਪਸ਼ਨ ਰੱਖੇ ਹੁੰਦੇ? ਆਪਸ਼ਨ ਤਾਂ ਉਹ ਜਿਵੇਂ ਹੁਣ ਬਣਾ ਲਈਏ ਤਿਆਰ ਕਰ ਲਈ, ਕਹਿੰਦੇ ਤਿਆਰ ਵੀ। ਅੱਛਾ ਜੀ, ਤਿਆਰ ਕਰ, ਜਿਹੜੇ ਤੁਸੀਂ ਆਪ ਪਲੋਟ ਲੈ ਕੇ ਤਿਆਰ ਕਰਦੇ ਹੋ ਤਾਂ ਉਹ ਬੇਸਿਕਲੀ ਤੁਸੀਂ ਵੇਚਣ ਵਾਸਤੇ ਹੁੰਦੀ ਕਿ ਤਿਆਰ ਵੀ ਤੁਸੀਂ ਲੈ ਸਕਦੇ ਹੋ, ਪਰ ਜਿਹੜੇ ਵੈਸੇ ਆਉਂਦੇ ਪਲੋਟ ਲੈ ਕੇ ਉਹ ਕੰਸਟਰਕਸ਼ਨ ਦਾ ਕੰਮ ਕਰਵਾ ਦਿੰਦੇ, ਮਤਲਬ ਹਰੇਕ ਸਾਰਾ ਕੰਮ ਤੁਸੀਂ ਮਤਲਬ ਕਵਰ ਕਰਦੇ ਹੋ ਕਿ ਮਤਲਬ ਬਣਾ ਕੇ ਵੀ ਦਿੰਦੇ ਹੋ, ਕੰਸਟਰਕਸ਼ਨ ਦਾ ਕੰਮ ਵੀ ਕਰਦੇ ਹੋ, ਪਲਾਟ ਵੀ ਲੈ ਦਿੰਦੇ ਹੋ, ਡੀਲਿੰਗ ਵੀ ਕਰਵਾ ਦਿੰਦੇ ਹੋ, ਹੈ ਨਾ, ਸਾਰਾ ਕੰਮ ਕਰਦੇ ਹੋ। ਅੱਛਾ ਭਾਅ ਜੀ, ਤੁਸੀਂ ਤੁਹਾਡੇ ਨਾਲ ਪਾਰਟਨਰ ਵੀ ਹੋ? ਹਾਂ, ਕੌਣ ਕੌਣ ਕੰਮ ਕਰਦੇ? ਗੁਲਾਬ ਪਾਰਟਨਰ, ਗੁਲਾਬ ਸਿੰਘ, ਠੀਕ ਹੈ ਜੀ। ਨੇੜੇ ਆਪਣੇ ਕਿਹੜਾ ਚੱਲਦਾ ਜੀ ਕੰਮ? ਬਿਲਕੁਲ 19 ਨੰਬਰ ਨੇ ਜੀ, 19 ਨੰਬਰ ਹੀ ਚੱਲਦਾ। ਅੱਛਾ ਜੀ, ਤਾਂ ਆਪਾਂ ਕਰ ਸਕਦੇ ਜਦੋਂ ਤੋਂ
ਭਾਜੀ ਹੋਰੀ ਸਾਨੂੰ ਲੈ ਕੇ ਚੱਲੇ ਨੇ ਜਿੱਥੇ ਭਾਜੀ ਹੋਰੀ ਕਹਿੰਦੇ ਕਿ ਸਾਡਾ 19 ਨੰਬਰ 'ਚ ਕੰਮ ਚੱਲ ਰਿਹਾ ਆਲਮੋਸਟ ਕੰਪਲੀਟ ਦੇ ਨੇੜੇ ਹੈ ਨਾ ਭਾਜੀ ਆਲਮੋਸਟ ਕੰਪਲੀਟ ਦੇ ਨੇੜੇ ਆ ਅਤੇ ਕਹਿੰਦੇ ਸੀ ਉੱਥੇ ਤੁਹਾਨੂੰ ਲੈ ਕੇ ਜਾਂਦੇ ਹਾਂ ਉੱਥੇ ਵਿਜ਼ਿਟ ਕਰਕੇ ਦੇਖਦੇ ਹਾਂ ਕਿ ਕਿੱਦਾਂ ਦਾ ਕੰਮ ਕਰਦੇ ਨੇ ਅਤੇ ਕਿੱਦਾਂ ਦਾ ਕਰ ਰਹੇ ਨੇ ਕੰਮ ਆ ਜਾਓ ਜੀ ਦੇਖਦੇ ਹਾਂ ਦੋਵੇਂ ਪਾਸੇ ਪਰਲੇ ਪਾਸੇ ਤੁਸੀਂ ਦੇਖਿਆ ਸੀ ਐਂਟਰੀ ਇਧਰਲੇ ਪਾਸੇ ਵੀ ਐਂਟਰੀ ਕੀਤੀ ਨਾਲ ਵਿੱਚ ਐਲ ਈ ਡੀ ਪੁਆਇੰਟ ਸਭ ਕੁਛ ਕਾਰਡਬੋਰਡ ਸਭ ਕੁਛ ਰੋਡ ਕਹਿੰਦੇ ਭਾਜੀ ਕਹਿੰਦੇ ਨਾਲ ਰੋਡ ਆ ਰਹੀ ਹੈ ਉਹ ਮੇਨ ਰੋਡ ਆ ਗਈ ਜੀ ਪਰਲੇ ਪਾਸੇ ਜੋ ਮੇਨ ਹਾਈਵੇ ਰੋਡ ਹੈ ਮਤਲਬ ਇਹਨਾਂ ਦੇ ਪਲੋਟ ਜ਼ਿਆਦਾਤਰ ਇਸ ਤਰ੍ਹਾਂ ਦੀ ਹੁੰਦੇ ਆ ਮਤਲਬ ਇਹ ਸਭ ਕੁਛ ਦੇਖਦੇ ਆ ਕਿ ਸਾਰੀ ਫੈਸਿਲਿਟੀ ਵੀ ਨੇੜੇ ਹੋਣੀ ਚਾਹੀਦੀ ਹੈ ਰੋਡ ਵੀ ਨੇੜੇ ਆ ਮਾਰਕੀਟ ਵੀ ਨੇੜੇ ਆ ਸਭ ਕੁਛ ਹੈ ਲਓ ਜੀ ਅਸੀਂ ਦੇਖ ਆਏ ਹਾਂ ਭਾਜੀ ਹੋਰੀ ਜੋ ਸਾਨੂੰ ਘਰ ਦਿਖਾ ਕੇ ਲਏ ਕੋਠੀ ਇਹਨਾਂ ਦੀ ਬਣ ਰਹੀ ਸੀ ਉਹ ਬਸ ਉਹਦੇ ਵਿੱਚ ਤੁਸੀਂ ਦੇਖਿਆ ਹੀ ਆ ਕਿ ਕਾਰਪੈਂਟਰ ਦਾ ਕੰਮ ਜੋ ਹੈਗਾ ਉਹ ਚੱਲ ਰਿਹਾ ਬਾਕੀ ਆਲਮੋਸਟ ਕੰਪਲੀਟ ਆ ਅਤੇ ਬਹੁਤ ਵਧੀਆ ਲੋਕੇਸ਼ਨ 'ਤੇ ਮਤਲਬ ਸਾਡਾ ਦਿਖਾਉਣ ਦਾ ਪਰਪਜ਼ ਇਹ ਸੀ ਕਿ ਕੰਮ ਬਹੁਤ ਵਧੀਆ ਕਰਵਾ ਕੇ ਦੇਣਗੇ ਇਹ ਕੰਸਟਰਕਸ਼ਨ ਦਾ ਕੰਮ ਤੁਸੀਂ ਦਿਓ ਚਾਹੇ ਤੁਸੀਂ ਪਲੋਟ ਲੈਣਾ ਹੋਵੇ ਪਲੋਟ ਲੈ ਕੇ ਵਿਦਿਨ ਸਾਰਾ ਕੁਛ ਤੁਹਾਨੂੰ ਕੰਪਲੀਟ ਕਰਕੇ ਵੀ ਦੇ ਸਕਦੇ ਇਹ ਅਤੇ ਵਧੀਆ ਕੰਮ ਕੀਤਾ ਸੀ ਵਧੀਆ ਸਮਾਨ ਲੱਗਿਆ ਸਾਰਾ ਅਸੀਂ ਦੇਖ ਕੇ ਆਏ ਬਾਕੀ ਕਾਰਪੈਂਟਰ ਦਾ ਕੰਮ ਜੋ ਰਹਿੰਦਾ ਕੰਪਲੀਟ ਹੋ ਜੂਗਾ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਅਸੀਂ ਭਾਜੀ ਹੋਰਾਂ ਨਾਲ ਗਏ ਹਾਂ ਉਹਨਾਂ ਨੇ ਸਾਨੂੰ ਕੰਸਟਰਕਸ਼ਨ ਦਾ ਕੰਮ ਜੋ ਚੱਲ ਰਿਹਾ ਸੀ ਦਿਖਾਇਆ ਬੇਸਿਕਲੀ ਤੁਹਾਨੂੰ ਅਸੀਂ ਸਿਰਫ ਇੱਕ ਚੀਜ਼ ਦਿਖਾ ਪਾਏ ਹਾਂ ਨਾ ਕਿ ਕਿੱਦਾਂ ਦਾ ਕੰਮ ਕਰ ਰਹੇ ਆ ਕਿੱਦਾਂ ਦਾ ਪਲੋਟ ਆ ਵਧੀਆ ਲੋਕੇਸ਼ਨ 'ਤੇ ਇਹਨਾਂ ਦੀਆਂ ਹੁੰਦੀਆਂ ਜੋ ਕੋਠੀ ਵਗੈਰਾ ਬਣਾਉਂਦੇ ਆ ਪਲੋਟ ਵਗੈਰਾ ਲੈ ਕੇ ਅਤੇ ਤੁਸੀਂ ਆਪਣਾ ਪਲੋਟ ਲੈ ਕੇ ਆਉਂਦੇ ਹੋ ਤਾਂ ਉਹਦੇ ਕੰਸਟਰਕਸ਼ਨ ਕਰਵਾ ਦੇਣਗੇ ਤੁਹਾਨੂੰ ਮਤਲਬ ਤੁਸੀਂ ਕੰਪਲੀਟ ਇਹਨਾਂ ਕੋਲ ਲੈਣਾ ਚਾਹੁੰਦੇ ਹੋ ਉਹ ਵੀ ਇਹਨਾਂ ਕੋਲ ਸਾਰਾ ਪੈਕੇਜ ਹੁੰਦਾ ਅਤੇ ਸਾਨੂੰ ਬਹੁਤ ਵਧੀਆ ਲੱਗਿਆ ਭਾਜੀ ਹੋਰਾਂ ਨੇ ਸਾਨੂੰ ਆਪਣੇ ਜੋ ਇਹਨਾਂ ਦਾ ਕਿਉਂਕਿ ਹਰੇਕ ਕੰਮ ਅੱਜ ਕੱਲ੍ਹ ਸਭ ਦੇ ਸ਼ਡਿਊਲ ਬਿਜ਼ੀ ਹੁੰਦੇ ਆ ਜੀ ਹਰੇਕ ਨੇ ਟਾਈਮ ਦਿੱਤਾ ਹੁੰਦਾ ਔਰ ਸਾਨੂੰ ਭਾਜੀ ਹੋਰਾਂ ਨੇ ਟਾਈਮ ਦਿੱਤਾ ਅਸੀਂ ਧੰਨਵਾਦ ਕਰਦੇ ਹਾਂ ਭਾਜੀ ਹੋਰਾਂ ਦਾ ਵੀ ਔਰ ਬਾਈ ਗੁਲਾਬ ਜੀ ਦਾ ਜਿਨ੍ਹਾਂ ਨੇ ਮੇਰੀ ਗੱਲ ਹੋਈ ਸੀ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਆਉਣ ਬਾਰੇ ਔਰ ਤੁਹਾਨੂੰ ਹੁਣ ਇੱਥੇ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਸਮਰ ਬਿਲਡਰਸ ਦੇ ਨਾਮ 'ਤੇ ਇਹਨਾਂ ਦੀ ਲੋਕੇਸ਼ਨ ਵੀ ਹੈ ਤੁਸੀਂ ਸਰਚ ਕਰ ਸਕਦੇ ਹੋ ਅਤੇ ਜਿਹੜੀ ਪ੍ਰੋਪਰ ਲੋਕੇਸ਼ਨ ਹੈ ਔਰ ਬਾਕੀ ਸਭ ਕੁਛ ਆ ਉਹ ਭਾਜੀ ਨੂੰ ਸੁਣ ਲੈਣੀ ਭਾਜੀ ਦੱਸੋ ਕੀ ਲੋਕੇਸ਼ਨ ਆਪਣੀ ਕਿੱਥੇ 253 ਬੂਥ ਨੰਬਰ ਹੈ ਸੈਕਟਰ 123 ਸਨੀ ਨਗੇਟ ਲਓ ਜੀ ਸਾਨੂੰ ਬਹੁਤ ਵਧੀਆ ਲੱਗਿਆ ਭਾਜੀ ਹੋਰਾਂ ਕੋਲ ਆ ਕੇ ਔਰ ਤੁਹਾਨੂੰ ਵੀ ਅਗਰ ਇਹ ਵੀਡੀਓ ਵਧੀਆ ਲੱਗੀ ਹੋਈ ਤਾਂ ਤੁਸੀਂ ਲਾਈਕ ਅਤੇ ਆਪਣੇ ਵੈਲਿਊਏਬਲ ਜੋ ਕਮੈਂਟਸ ਆ ਉਹ ਥੱਲੇ ਸਾਨੂੰ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ
और अगलिया होर वीडियोज देखने लिए सानू तुसी सबसक्राइब करो ये यूट्यूब से और जो साढ़े इंस्टाग्राम के उपर भी अनलॉक बाजार के नाम से साडा अकाउंट है फेसबुक से भी अकाउंट है उत्थे भी सानू जरूर करो और भाजी होर की जो लोकेशन हैगी समर बिल्डर की वो असं डिस्क्रिप्शन के दे देंगे और इनका पूरा नाम एड्रैस नंबर सब कुछ डिटेलिंग ब्रांड की इनको फोन नंबर वो सब कुछ थोड़ू वो मिल जूगा तो बस इदा ही प्यार कर दे चैनल में सबसक्राइब कर। थैंक यू।